ਅੱਜਕੱਲ੍ਹ ਇਹ ਸਨੇਕ ਪਜ਼ਲ ਦੇ ਨਾਮ ਤੇ ਬਹੁਤ ਸਾਰੀ ਪਜ਼ਲ ਮਾਰਕੀਟ ਦੇ ਵਿੱਚ ਆਉਂਦੀ ਹੈ। ਇਹ ਬੜੀ ਸਸਤੀ ਜੀ ਮਿਲ ਜਾਂਦੀ ਹੈ। ਇਹ ਜਿਵੇਂ ਇੱਕ ਡੌਗ ਜਾਂ ਕੁੱਤਾ ਬਣਾਇਆ ਹੋਇਆ ਹੈਗਾ, ਇਸ ਤਰ੍ਹਾਂ ਦਾ ਅੱਜ ਮੈਂ ਤੁਹਾਨੂੰ ਸਿਖਾਵਾਂਗਾ ਕਿ ਇਹ ਕਿਵੇਂ ਬਣਦਾ ਹੈ। ਇਹਨੂੰ ਮੈਂ ਬਿਲਕੁਲ ਇਹ ਸਿਖਾਉਣ ਦੇ ਲਈ ਤੁਹਾਨੂੰ ਬਿਲਕੁਲ ਸਿੱਧਾ ਇਹਨੂੰ ਇਹ ਪਹਿਲਾਂ ਕਰ ਦਾਂਗਾ। ਇਹ ਕੁਛ ਵੀ ਇਹਦੇ ਬਹੁਤ ਸਾਰੇ ਆਕਾਰ ਯੂਟਿਊਬ ਦੇ ਉੱਤੇ ਹੋਰ ਵੀ ਤੁਹਾਨੂੰ ਉਪਲਬਧ ਹੋਣਗੇ ਜਾਂ ਮੈਂ ਇਹ ਕਰਵਾਉਂਦਾ ਰਹਾਂਗਾ, ਤਾਂ ਕਿ ਤੁਹਾਨੂੰ ਇਹ ਸਾਰਾ ਚੀਜ਼ਾਂ ਪਤਾ ਲੱਗਦੀਆਂ ਰਹਿਣ। ਜਾਂ ਜਿਹੜੇ ਬੱਚੇ ਨੇਗੇ, ਇਹਦੀ ਕ੍ਰੀਏਟੀਵਿਟੀ ਵੀ ਹੈਗੀ ਆ, ਆਪਣੇ ਆਪ ਬੱਚੇ ਘਰੇ ਬਣਾਉਣਾ ਇਹ ਸਿੱਖ ਸਕਦੇ ਆ। ਇਹ ਦਿਮਾਗ ਦੀ ਸਾਰੀ ਖੇਡ ਹੈ। ਇਹ ਹੋਰ ਆਪਾਂ ਵੀਡੀਓ ਜਿਹੜੀਆਂ ਗੇਮਾਂ ਖੇਡਦੇ ਆ, ਬੰਦੂਕਾਂ ਗੋਲੀਆਂ ਚਲਾਉਂਦੇ ਆ, ਉਹਦੇ ਨਾਲੋਂ ਬੈਟਰ ਹੈ ਵੀ ਆਪਾਂ ਥੋੜਾ ਕ੍ਰੀਏਟਿਵ ਬੱਚੇ ਨੂੰ ਬਣਾਈਏ। ਤੇ ਇਸ ਤਰ੍ਹਾਂ ਦਾ ਜਿਵੇਂ ਇਹ ਇੱਕ ਬਿਲਕੁਲ ਸਟ੍ਰੇਟ ਬਣ ਗਿਆ, ਆਪਾਂ ਇਹਦੇ ਵੱਖ-ਵੱਖ ਆਕਾਰ ਜਿਹੜੇ ਆ ਦਿੱਤੇ ਜਾ ਸਕਦੇ ਆ। ਕੋਈ ਕਾਰ ਬਣਾਈ ਜਾ ਸਕਦੀ ਆ, ਜਾਂ ਕੋਈ ਇਸ ਤਰ੍ਹਾਂ ਕਿਸੇ ਜਾਨਵਰ ਦੀ ਸ਼ੇਪ ਦਿੱਤੀ ਜਾ ਸਕਦੀ ਆ, ਜਾਂ ਇਹ ਸੱਪ ਵਗੈਰਾ ਜਿਹਨੂੰ ਸਨੇਕ ਕਹਿੰਦੇ ਆ ਆਪਾਂ, ਇਹ ਸਨੇਕ ਪਜ਼ਲ ਹੈ, ਸਨੇਕ ਵੀ ਇਹਦੇ ਨਾਲ ਬਣ ਜਾਂਦੇ ਆ। ਸਭ ਤੋਂ ਪਹਿਲਾਂ ਆਪਾਂ ਫਿਰ ਉਹੀ ਅੱਜ ਡੌਗ ਬਣਾਉਣਾ ਸਿਖਾਉਂਦੇ ਆ ਤੁਹਾਨੂੰ ਕਿ ਕੁੱਤਾ ਕਿਵੇਂ ਬਣਦਾ ਹੈਗਾ। ਅਤੇ ਇਹਦੇ ਵਿੱਚ ਇਹਨੂੰ ਇਸ ਤਰ੍ਹਾਂ ਮੋੜ ਲਿਆ, ਇਹਦੇ ਦੋ ਛੱਡ ਕੇ ਇਸ ਤਰ੍ਹਾਂ ਇਹਨੂੰ ਫਿਰ ਆਪਾਂ ਅੱਗੇ ਇਹਨੂੰ ਇੱਥੋਂ ਟਰਨ ਕਰਾਂਗੇ। ਇਹਨੂੰ ਵਾਈਟ ਨੂੰ ਫਿਰ ਉੱਪਰ ਆਪਾਂ ਘੁਮਾ ਦਾਂਗੇ, ਅਤੇ ਪਿੱਛੇ ਵੀ ਇਹ ਥੋੜ੍ਹਾ ਦੋ ਇੱਥੇ ਕਰਾਂਗੇ, ਇਹਨੂੰ ਇੱਧਰ ਕਰਾਂਗੇ, ਇਹਨੂੰ ਟਰਨ ਕਰਾਂਗੇ ਬਿਲਕੁਲ। ਅਤੇ ਇਸ ਤਰ੍ਹਾਂ ਹੀ ਇਹਨੂੰ ਫਿਰ ਇੱਥੋਂ ਟਰਨ ਕਰ ਦਾਂਗੇ, ਇਹਨੂੰ ਦੋ ਛੱਡ ਕੇ ਫਿਰ ਆਪਾਂ ਇੱਥੋਂ ਟਰਨ ਕਰ ਦਾਂਗੇ, ਇੱਕ ਘੁਮਾ ਕੇ ਫਿਰ ਟਰਨ ਕਰ ਦਾਂਗੇ, ਫਿਰ ਇਹਨੂੰ ਨਾਲ ਦੀ ਨਾਲ ਲੈ ਜਾਂਗੇ, ਅਤੇ ਲਾਸਟ ਜਿਹੜੀ ਹੈਗੀ ਹੈ ਇਹਦੀ ਪੂੰਛ ਜੀ ਇੱਦਾਂ ਬਣਾ ਦਾਂਗੇ, ਅਤੇ ਆਪਣਾ ਕੁੱਤਾ ਬਣ ਗਿਆ ਹੈਗਾ। ਦੇਖਿਆ ਇਹ ਡੌਗ ਕੁੱਤਾ ਬਿਲਕੁਲ ਵਧੀਆ ਸ਼ੇਪ ਦਾ ਬਣ ਗਿਆ। ਇਸ ਤਰ੍ਹਾਂ ਤੁਸੀਂ ਇਹ ਬਣਾਉਣਾ ਸਿੱਖ ਸਕਦੇ ਹੋ। ਥੈਂਕ ਯੂ।